بابا نہیں بن سکتا بھائی جی
ਉਹ ਬਾਬਾ ਬਣਿਆ ਤੇ ਧੰਨ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬਣੇ ਜੀ ਸਾਰੇ ਸੰਸਾਰ ਅੱਜ ਅਸੀਂ ਕਿਹਨੂੰ ਕਹਿ ਪਿਆਰਿਓ ਮੈਨੂੰ ਕਈ ਗੱਲਾਂ ਭੁੱਲ ਜਾਂਦੀਆਂ ਕਿ ਮਹਾਂਪੁਰਸ਼ ਆ ਸਹੀ ਜਿਹਨਾਂ ਦੇ ਕੋਈ ਧਾਰ ਤਮਾਕੂ ਜਾਂ ਹੋਰ ਕੋਈ ਸੇਵਨ ਕਰਦੇ ਉਹਦੇ ਜਾਂਦੇ ਅੱਜ ਉਹ ਜੇ ਕੀ ਚਾਹੁੰਦੇ ਆ ਅਖੰਡੀ ਹੋ ਵੀ ਬਣੀ ਦੇਖਦੇ ਕੋਈ ਪਿਆਰ ਬੰਦੇ ਵੀ ਤੇ ਬੀਬੀਆਂ ਭੱਜ ਜਾਂਦੀਆਂ ਚਲੋ ਜੀ ਉਹ ਤੀਨ ਦਾ ਮਹੀਨਾ ਦੋ ਮਹੀਨੇ ਧੱਕੇ ਫੜਨੇ ਤੇ ਫਿਰ ਦੂਜੇ ਬੰਦੇ ਚਲੇ ਜਾਣ ਫਿਰ ਦੂਜੇ ਜੇ ਗੁਰੂ ਪਿਆਰੇ ਪਾਪ ਤੁਹਾਡਾ ਦਾਇਕ ਵੀ ਉਹ ਨਹੀਂ ਕਰਨਾ ਜੀ ਬਾਣੀ ਪੜੋਗੇ ਸੁਣੋਗੇ ਤੇ ਫੇਰ ਆ ਭਾਈ ਇਹ ਪ੍ਰਜਾਦਾ ਨੇ ਸਭ ਨੇ ਕਿਹਨੂੰ ਕਰਨਾ ਇਹ ਮੇਰੇ ਦੇ ਵੇਲੇ ਨਾ ਆ ਗਿਆ ਜੇ ਪੰਨੂ ਘਾਲ ਆ ਨਾ ਕੋਈ ਨਹੀਂ ਮਟਰ ਕੀਤੀ ਆਪਣੇ ਪਿੰਡ ਦੇ ਭਾਈ ਜੈਤਾ ਜੀ ਬਣਾਉਂਦੇ ਦੀ ਗੱਲ ਸੁਣੋ ਉਹਨਾਂ ਦੇ ਪਿਤਾ ਦਾਦੇ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮਾਂ ਹੋਇਆ ਤੇ ਸਾਰੇ ਨੇ ਸੇਵਾ ਲਈ ਭਾਈ ਸੰਗਤ ਜੀ ਦੇ ਕਿਤੇ ਭਾਈ ਗੱਜਾ ਹੋ ਕੋਤਾ ਨੂੰ ਵੀ ਨਾਲ ਦੇ ਕੋ ਕੌਣ ਤੇ ਕਈ ਆ ਜਾਂਦੇ ਨੇ ਜੇ ਪੰਜ ਪਿਆਰੇ ਬਾਣੀ ਬਾਣੇ ਆਏ ਹੁਣ ਦੇ ਚੜ੍ਹਦੀ ਕਲਾ ਦੇ ਵਿੱਚ ਘੋੜੇ ਹੋਣਗੇ ਪੰਜ ਨਿਸ਼ਾਨ ਕੀ ਹੋਣਗੇ ਜਦੋਂ ਪਿਆਰ ਗਾੜੀ ਦੇ ਘਰ ਆਉਂਦੇ ਆ ਅੰਨਿਆ ਪਿਆਰ ਦੇ ਮਰਜ਼ਾਦ ਆਏ ਆ ਭਾਈ ਆਪਣੇ ਤੋਂ ਸਾਰੇ ਸਿੱਖ ਦੇ ਤੇ ਦੁਸ਼ਮਣ ਨਹੀਂ ਆ ਤੇ ਜੇ ਗਾੜੀ ਤੇ ਟੱਕਰ ਹੋ ਜਾਵੇ ਨਾ ਉਹਨਾਂ ਦਾ ਕੰਮ ਹੁੰਦਾ ਭਾਈ ਆਪ ਸ਼ਹੀਦ ਹੋ ਜਾਣ ਤੇ ਫਿਰ ਗੁਰੂ ਸਾਹਿਬ ਵੱਲ ਜਾਊਗਾ ਦੇ ਜਾਣਾ ਕਿ ਅਸੀਂ ਜੇ ਸਾਡੇ ਬਚੋਪ ਹੋਏ ਤੇ ਗਾੜੀ ਤੋਂ ਗੱਲ ਨਹੀਂ ਚੱਕ ਹੋਣਾ ਪਛਾਣ ਹੋ ਜਾਵਾਂ ਉਹ ਪਹਿਲਾਂ ਵੀ ਉਹ ਪੰਜਾਂ ਪਿਆਰਾਂ 'ਚ ਨਹੀਂ ਹੁੰਦਾ ਨਿਸ਼ਾਨ ਸਾਹਿਬ ਜਿਹੜਿਆ ਕਈਆਂ ਨੂੰ ਬੱਚਿਆਂ ਨੂੰ ਨਹੀਂ ਲੱਗੇ ਰੱਖ ਪਤਾ ਨਾ ਉਹ ਐਂ ਨਹੀਂ ਹੋਣਗੇ ਬੱਚਿਓ ਐਨ ਥਾਂ ਜਾ ਕੇ ਨਵਾਲਾ ਸਿਆਣਿਆਂ ਵਰਗਿਆਂ ਦੀ ਗੱਲ ਦੱਸ ਤੇ ਨੌਜਵਾਨੋ ਤੁਸੀਂ ਇਹ ਗੱਲ 'ਚ ਆਇਆ ਕਰੋ ਕਿਉਂ ਪਛਾਣ ਹੁੰਦੇ ਜਾਂਦੇ ਨੇ ਕਿਉਂ ਖਿਆੜਦੇ ਜਾਂਦੇ ਅਸੀਂ ਤਾਂ ਅਗਾਂਹ ਗਏ ਪਤਾ ਨਹੀਂ ਸਾਡਾ ਭਾਰ ਕੇ ਪਰਾਂ ਲੈ ਕੇ ਜਾਣਗੇ ਪਾਸੋਂ ਲੈ ਕੇ ਜਾਣਗੇ ਜਿਹੜੇ ਸੱਦਾ ਆ ਗਿਆ ਇਹ ਕਰਕੇ ਗੁਰੂ ਪਿਆਰਿਓ ਸਾਨੂੰ ਅਸੀਂ ਨਿਕਲੇ ਜਗ੍ਹਾ ਇਹਦੇ ਆਉਣ ਜਿਹਦਾ ਬਿਸ਼ਨ ਸੋਹਣੀ ਤੇ ਦਲੀਪ ਸੋਹਣੀ ਜਿਹਦਾ ਮੋਹਨ ਸੋਹਣੀ ਗੁਰੂ ਪਿਆਰਿਓ ਦਿਲਿਆਂ ਦੀ ਪੱਤੀ ਤੋਂ ਨਗਰ ਵਿੱਚ ਨਿਕਲਿਆ ਆਇਓ ਤੋਂ ਨਾਲ ਕੀ ਕੀਤਾ ਉਹਨੂੰ ਮਕਈਆਂ ਦੇਸੀ ਹੁੰਦੀਆਂ ਮਿੱਠੇ ਪ੍ਰਸ਼ਾਦ ਲੈ ਗਿਆ ਚਲੋ ਇੱਕ ਪ੍ਰਸ਼ਾਦ ਦਾ ਸੰਗਾਂ ਦਾ ਲੰਗਰ ਨਹੀਂ ਕੋਈ ਕੋਈ ਗੱਲ ਗੁਰੂ ਪਿਆਰ ਲੱਗਦਾ ਮਾਂ ਦੀ ਕਿਰਪਾ 20 ਰੁਪਏ ਸਾਧੂਆਂ ਦੇ ਵੰਡੇ ਆ ਸਾਧੂਆਂ ਸੰਤਾਂ ਦੇ ਆਦਿ ਉਹ ਹੀ ਮੁਕੱਲਾ ਸੀ ਤੇ ਜਾਦੇ ਵਾਸਤੇ ਭਾਵੇਂ ਉੱਪੜੇਂਗੇ ਤਾਂ ਉਹ ਗੱਲ ਜੇ ਪਤਲਾ ਸੀ ਉਹ ਜਵਾਨ ਵੜੇ ਜਦੋਂ ਮੇਰੀ ਬਾਹ ਫੜਿਆ ਨਾ ਇੱਥੋਂ ਤੇ ਮੈਂ ਹਵਾ ਸੰਦਾ ਕਰ ਜਵਾਨ ਵੜੇ ਤੇ ਪੇਟ ਨੂੰ ਮਾਰ ਦਿੱਤਾ ਕਿ ਮੈਨੂੰ ਆਖਣ ਲੱਗੇ ਮੇਰੇ ਪਿਤਾ ਨਾਲ ਜਾਗਰਾਂ ਨੂੰ ਜਾਗਰਾਂ ਵਾਲਿਆ ਜੇ ਤੂੰ ਜਿਹਦਾਰੀ ਕਰਨੀ ਆ ਨਾ ਹੋਰ ਕੋਈ ਆਵੇ ਦੂਜਾ ਨਾ ਆਵੇ ਤੈਨੂੰ ਪਹਿਲਾਂ ਆਉਣਾ ਚਾਹੀਦਾ ਇੱਥੇ ਪਰ ਸਾਡੇ ਵਿੱਚ ਮਾਇਆ ਦਾ ਲਾਲਚ ਸਾਡੀ ਇਹ ਸਾਡੀ ਵੀ ਆ ਨਾ ਉਹ ਜਿੱਥੇ ਮਾਇਆ ਜਾਂਦੀ ਉੱਥੇ ਸਾਨੂੰ ਵੀ ਮਿਲਦੇ ਆ ਔਰ ਨਹੀਂ ਅਸੀਂ ਇਹਨੇ ਭਾਈ ਘਰ ਦਾ ਵਿਆਹ ਛੱਡ ਕੇ ਅਸੀਂ ਹੋਰ ਕਿਤੇ ਨਹੀਂ ਜਾਂਦੇ ਇਸ ਕਰਕੇ ਮਾਤਾ ਸੱਚੀ ਪਾਤਸ਼ਾਹ ਬਾਰੇ ਬੇਨਤੀ ਭਾਈ ਆਪਾਂ ਬੀਬੀ ਉਹ ਭੈਣੋ ਰਹਿਤ ਮਰਜ਼ਾਦਾ ਦੇ ਵਿੱਚ ਰਹੀਏ ਬਾਣੀ ਦੇ ਨਾਲ ਬਾਣੀ ਨਾਲ ਜੁੜੀਏ ਅੰਮ੍ਰਿਤ ਵੇਲੇ ਉੱਠਿਆ ਕਰੀਏ ਆਪ ਭਾਵ ਜਿਹੜੇ 3 ਵਜੇ ਉੱਠ ਕਰੂੰਗੇ 4 ਵਜੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਹੁਣ ਵੀ ਉੱਠਿਆ ਕਰੋ ਹੁਣ ਇਹ ਨਾ ਵੀ 6-7 ਵਜੇ ਉੱਠ ਕੇ ਰਾਤ ਅੱਧੀ ਵੇਲੇ ਉਹਨਾਂ ਟੈਲੀਵਿਜ਼ਨ ਹੀ ਵੇਖਦੇ ਵਿਆਹ ਕਰੀਏ ਗੁਰੂ ਪਿਆਰ ਨੂੰ ਜਿਹੜਾ 12 ਵਜੇ ਸੁੱਤਾ ਉਹਨੂੰ ਨੀਂਦ ਕਾਹਦੀ ਆਉਣੀ ਗੁਰੂ ਪਿਆਰ ਨੂੰ ਹੈਂ ਉਹਨੂੰ ਰੁਕਣਾ 1-2 ਵਜੇ ਨਾਲ ਜਾ ਕੇ ਇਹ ਕਰਕੇ ਮੇਰੀ ਬੇਨਤੀ ਸਾਰਿਆਂ ਪਿਆਰੇ ਨੌਜਵਾਨੋ ਇਸ ਬੰਨੇ ਮੁੜੋ ਕਿ ਮਰਜ਼ਾਦਾ ਜਦੋਂ ਤੇ ਜਿਹੜੇ ਪਖਾੜੀ ਆ ਨਾ ਜਦੋਂ ਲੰਗਰ ਲਾਏ ਨੇ ਲੱਡੂ ਤੇ ਰੁਕਿਆ ਫੱਟਾ ਜਦੋਂ ਸਭ ਕੋਈ ਕੱਲੇ ਚੱਲੇ ਢਾਡੀਆਂ ਮਠਿਆਈਆਂ ਉਹਦੇ ਸਾਰੇ ਇੱਕੋ ਹੀ ਹੋ ਜਾਂਦੇ ਆ ਕਿ ਉਹ ਜਿਹੜੇ ਉਹਨਾਂ ਨੂੰ ਫਿਰ ਕਿਆ ਕਰੋ ਤਮਾਕੂ ਖਾਂਦੇ ਜੇ ਤੁਸੀਂ ਆਹ ਖਾਂਦੇ ਅਸੀਂ ਕੋਈ ਚਾਹੀਦੇ ਅੱਗੇ ਤੁਹਾਡੇ ਨਾਲ ਕੋਈ ਨਾ ਜੁੜ ਜਾਂਦੇ ਹੋਈਆਂ ਭੁਲਾ ਸੱਤਾਂ ਦੀ ਮਾਫੀ ਮੈਂ ਫਿਰ ਪ੍ਰਥਮ ਤੋਂ ਬੇਨਤੀ ਕਰਦਾ ਭਾਈ ਸਮਾਂ ਦਾ ਧੰਨਵਾਦ ਕਰਦਾ ਲੱਗ ਜਾਵੇ ਇਹ ਮੇਰੀ ਬੇਨਤੀ ਹੈ ਸਾਰੀ ਫਰਕ ਨੇ ਬਹੁਤ ਚੰਗੇ ਗੁਰੂ ਦਾ ਆਪਣੇ ਚੱਲ ਕੇ ਤੇ ਗੁਰੂ ਵਾਲੇ ਬਾਣੀ ਦੀ ਬਾਣੀ ਦੇ ਬਾਣੀ ਦੀ ਧਾਰ ਹੋਏ ਜੀ ਜੇ ਉਹ ਸੱਜੇ ਸਿੱਖਣੀਆਂ ਜੋ ਹੋਵੇ ਸਾਹਿਬ ਤੋਂ ਮੇਲ ਵਾਹਿਗੁਰੂ ਕੀਤਾ ਖਾਲਸਾ ਵਾਹਿਗੁਰੂ ਕੀ ਫਤਿਹ ਪ੍ਰਬੰਧਕਾਂ ਦੀ ਸੇਵਾ ਵਿੱਚ ਬੇਨਤੀ ਹੈ ਜਲਦੀ ਤੋਂ ਜਲਦੀ ਸੰਤਾਂ ਨੂੰ ਜਲ ਪਾਣੀ ਸੁਚੱਜੇ ਢੰਗ ਨਾਲ ਸੇਵਾਦਾਰ ਜਿਹਨ ਸੇਵਾ ਕਰ ਰਹੇ ਆ ਤੇ ਕਹੋ ਹੁਣ ਦਾ ਜਦੋਂ ਨਾਮ ਲਈਏ ਨਾ ਕਿਤੇ ਬਾਹਰ ਜਾਈਏ ਤੇ ਮਨ ਖੁਸ਼ ਹੋ ਜਾਂਦਾ ਜਦੋਂ ਦਾ ਕਹਿੰਦੇ ਨਾਸੀ ਦੇ ਤੋਂ ਆਏ ਨੇ ਕੋਈ ਤੇ ਸਾਡੇ ਪਿੰਡ ਦਾ ਚੜ੍ਹਦੀ ਕਲੇ ਵਾਲੇ ਸ਼ਬਦੀ ਸਿੰਘ ਹੁਣੇ ਤੁਹਾਡੇ ਨਾਲ ਬਚਨ ਸਾਂਝੇ ਕਰਕੇ ਨੇ ਪਿਆ ਸਾਡੇ ਸ਼ਬਦੀ ਜਥੇ ਦੇ ਜਥੇਦਾਰ ਜਹਿਦਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਗੁਰੂ ਸਾਹਿਬਾਨ ਦਾ ਸਤਿਕਾਰ ਮੰਨ ਕੇ ਬੇਨਤੀ ਕਰਾਂਗਾ ਬਾਬਾ ਹਰੀ ਸਿੰਘ ਜੀ ਦੇ ਜਥੇ ਨੂੰ 15-20 ਮਿੰਟ ਆਪਣੇ ਸ਼ਬਦ ਰਾਹੀਂ ਸੰਤਾਂ ਨੂੰ ਨਿਹਾਲ ਕਰਨਗੇ ਬਾਬਾ ਹਰੀ ਸਿੰਘ ਜੀ ਦਾ you
Thank you.
Thank you.
ਸਿਸਟਮ ਗੁਰਦੁਆਰਾ ਸਾਹਿਬ ਵਿੱਚ ਪਹੁੰਚੀਆਂ ਨੇ ਹੁਣ ਮੈਂ ਬੇਨਤੀ ਕਰਾਂਗਾ ਇੱਥੋਂ ਦੇ ਪ੍ਰਬੰਧਕ ਜਿਹਨੇ ਗੁਰਮੁਖ ਸਿੰਘ ਜੀ ਆਈ ਹੋਈਆਂ ਸੰਤਾਂ ਨੂੰ ਜੈ ਕਹਿਣਗੇ ਧੰਨਵਾਦ ਕਰਨਗੇ ਜਿਹਨੇ ਗੁਰਮੁਖ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਅਵਤਾਰ ਤੋਂ ਬਣਾਉਣ ਸਭ ਨੂੰ ਪਹਿਲਾਂ ਲੱਖ ਲੱਖ ਵਧਾਈ ਹੋ ਜਾਵੇ ਕਿਉਂਕਿ ਅਵਤਾਰ ਇੱਥੇ ਪਹਿਲਾਂ ਵੀ ਚੁੱਕਾਂ ਵਿੱਚ ਆਉਂਦੇ ਨੇ ਪਹਿਲਾਂ ਚੁੱਕਾਂ ਵਿੱਚ ਕੋਈ ਛੇ ਕਲਾ ਕੋਈ ਚੌਦਾਂ ਕਲਾ ਕੋਈ ਸੋਲਾਂ ਕਲਾ ਕੋਈ ਇੱਕ ਕਲਾ ਅਤੇ ਉਹਨਾਂ ਨੇ ਉਸ ਵਕਤ ਆਪਣਾ ਜੋਰ ਪਰਮਾਤਮਾ ਦਾ ਹੁਕਮ ਆਉਣ 'ਤੇ ਇੱਥੇ ਵਕਤ ਅਨੁਸਾਰ ਆਪਣਾ ਕਾਰਜ ਕਰਕੇ ਚਲੇ ਜਾਂਦੇ ਇਹ ਕਾਟਣ ਦਾ ਦੌਰ ਹੈ ਜੋ ਜਦੋਂ ਦੱਸਦੇ ਆ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਅਤੇ ਤਾਂ ਉਸ ਤੋਂ ਪਹਿਲਾਂ ਇਸ ਧਰਤੀ ਨੇ ਪਕਾਰ ਕੀਤੀ ਦੱਸਿਆ ਵੀ ਮਿਲਦਾ ਤਾਲਮੇਲ ਤਾਲਮੇਲ ਹੋਈ ਬੇਨਤੀ ਫਿਰ ਪਕਾਰ ਕਰਕੇ ਸੱਚੇ ਪਾਤਸ਼ਾਹ ਪਰਮਾਤਮਾ ਦੇ ਇੱਥੇ ਕੋਈ ਐਸਾ ਰਬ ਭੇਜੋ ਜਿਹੜਾ ਆ ਕੇ ਦੁਨੀਆਂ ਨੂੰ ਸਿੱਧੇ ਰਾਹ ਬਣੇ ਜਿਹਨਾਂ ਦਾ ਆਧਾਰ ਸੇ ਗੁਰੂ ਨਾਨਕ ਸਾਹਿਬ ਨੇ ਇੱਥੇ ਆਣ ਕੇ ਆਧਾਰ ਕੀਤਾ ਜੀਵਾਂ ਦਾ ਤੇ ਰਾਜਿਆਂ ਮਹਾਰਾਜਿਆਂ ਨੂੰ ਸਿੱਧੇ ਰਾਹ ਪਾਇਆ ਜਿੱਥੇ ਕੋਈ ਗੱਲ ਕੀਤੀ ਸਕਦਾ ਉੱਥੇ ਸੱਚੇ ਸੱਚੇ ਪਾਤਸ਼ਾਹ ਨੇ ਗਰੀਬਾਂ ਦੀ ਗੱਲ ਕੀਤੀ ਜਗਿਆ ਹੋਇਆ ਦਲ ਨਾਲ ਆਇਆ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਗੁਰਦੁਆਰਾ ਖੜਾ ਸਾਹਿਬ ਹਰਿਮੰਦਰ ਸਾਹਿਬ ਦੇ ਅਸਥਾਨ ਤੇ ਪਹੁੰਚੇ ਹੋ ਤੇ ਸਭ ਦਾ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਦਾ ਪੰਜ ਪਿਆਰਿਆਂ ਦਾ ਨਿਸ਼ਾਨਿਆਂ ਦਾ ਇੱਕ ਸੰਗਤ ਦਾ ਬਹੁਤ ਫੁੱਟਬਾਲ ਨੂੰ ਪ੍ਰਭਾਵ ਦੇ ਕਮੇਟੀ ਵੱਲੋਂ ਇਹਨਾਂ ਸ਼ਬਦਾਂ ਨਾਲ ਜਿਵੇਂ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗਿਆਨੀ ਗੁਰਮੁਖ ਸਿੰਘ ਜੀ ਮੈਂ ਪ੍ਰਬੰਧਕ ਕਮੇਟੀ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਬਾਬਾ ਕਿਸ਼ਨ ਦੀ ਜਿਹੜੀ ਹੈ ਦੀਵਾਨਗੀ ਹੋਈ ਗਈ ਬੋਲੇ ਸੋਨਿਹਾਰ ਸਭ ਸੰਗਤ ਨੂੰ ਬੇਨਤੀ ਹੈ ਬੜੇ ਹੀ ਧਿਆਨ ਨਾਲ ਸਭ ਤੋਂ ਪਹਿਲਾਂ ਰਸਤਾ ¶¶
ترتيب آئي او
خوشیاں دا سیرا نال وداعیاں تانو جی دا اوے اوتھے آوے
I'm not
ਭਾਵੇਂ ਰਾਜੇ ਦੇ ਘਰ ਜੰਮੇ ਤੇ ਰਾਜੇ ਦੇ ਨਾਲ ਵਿਆਹੀ ਪਰ ਨਾਮ ਜਪਿਆ ਨਹੀਂ ਗਿਆ ਸਿਰਨ ਨਹੀਂ ਹੋਇਆ ਪਿੰਡ 'ਚ ਵੀ ਦੇਖਦੇ ਨਾ ਕਈ ਜ਼ੋਰ ਲਾਉਂਦੇ ਰਹਿੰਦਾ ਮੈਂਬਰ ਬਣ ਜਾਂਦਾ ਸਰਪੰਚ ਬਣ ਜਾਂਦਾ ਪਰ ਨਹੀਂ ਉਹਦੇ ਪਿਛਲੇ ਭਾਗ ਚੰਗੇ ਹੁੰਦੇ ਗੁਰੂ ਪਿਆਰੇ ਨੇ ਇਸ ਕਰਕੇ ਗੁਰੂ ਪਿਆਰਿਓ ਕਹਿਣ ਲੱਗੀ ਮੈਂ ਕਰਮਾਂ ਤੋਂ ਨਹੀਂ ਨਾਮ ਨਹੀਂ ਜਪਿਆ ਗਿਆ ਤੇ ਪੰਜ ਸਾਲ ਦੀ ਅਵਸਥਾ ਕੀ ਬੱਚੇ ਦੀ ਪੰਜ ਸਾਲ ਦੀ ਅਵਸਥਾ ਹੁੰਦੀ ਗੁਰੂ ਪਿਆਰਿਓ ਗੁਰੂ ਭਗਤ ਜੀ ਕਹਿਣ ਲੱਗੇ ਫਿਰ ਹੁਣ ਕਿਸ ਤਰ੍ਹਾਂ ਗੱਲ ਬਣੇ ਤੇ ਮਾਤਾ ਦਾ ਉਪਦੇਸ਼ ਵੀ ਧਾਰਨਾ ਬੜੀਆਂ ਭਾਵੇਂ ਸਾਰੀ ਰਾਤ ਇੱਥੇ ਲਾਈ ਗਈ ਹੁਣ ਪਿਆਰੇ ਜਦੋਂ ਇਹ ਗੱਲ ਇਹਨੇ ਕਹਿਣ ਲੱਗਾ ਵੀ ਨਾਥ ਜੀ ਮੈਂ ਜਿਹੜੇ ਵਿਰਾਜ ਦਾ ਆਇਆ ਨਾ ਉਹ ਮੇਰੇ ਰੋਡ ਦਾ ਮੈਨੂੰ ਪਤਾ ਤੁਸੀਂ ਨੇ ਦੱਸਣਾ ਕਹਿਣ ਲੱਗੇ ਦੱਸ ਤੇਰੀ ਜੰਗਲ ਦੇ ਵਿੱਚ ਸ਼ੇਰ ਪੰਜਾਬ ਕਿਤਨੇ ਹਾਥੀ ਕਈ ਜਾਨਵਰ ਆ ਅਤੇ ਤੂੰ ਕਿਹੜੀ ਗੱਲ ਤੋਂ ਦੱਸ ਪਿਆ ਕਹਿਣ ਲੱਗਾ ਮੇਰੀ ਮਤਰੇਈ ਮਾਂ ਨੇ ਆ ਬੱਸਾ ਉਹ ਮੇਰਨਾ ਕਿਹਾ ਅਤੇ ਕਹਿਣ ਲੱਗਾ ਜਾਂ ਮੁੜ ਜਾ ਘਰ ਨੂੰ ਇੱਥੇ ਮੈਂ ਨਾ ਤੂੰ ਜੰਗਲਾਂ ਦੇ ਵਿੱਚ ਸ਼ੇਰ ਪੰਜਾਬ ਮੁੱਕ ਗਿਆ ਤਮਾਮ ਸਾਰੇ ਨੂੰ ਮੁੱਖ ਰੱਖੀ ਪਿਆਰੇ ਜਦੋਂ ਗੱਲ ਹੋਈ ਅਤੇ ਕਹਿਣ ਲੱਗਾ ਮੈਂ ਨਹੀਂ ਘਰ ਨੂੰ ਜਾਣਾ ਮੈਨੂੰ ਕੋਈ ਡਿਊਟੀ ਦੱਸੋ ਪਰਮੇਸ਼ਰ ਦੇ ਨਾਮ ਦੀ ਜਿੱਦਾਂ ਕੋਈ ਚੰਗਾ ਬੰਦਾ ਮਿਲ ਜਾਵੇ ਝੋਟੇ ਦਾ ਭਾਈ ਰੱਬ ਦਾ ਨਾਮ ਹੈ ਉੱਠ ਕੇ ਬੰਦੇ ਸੰਸਕ੍ਰਿਤ ਦੇ ਦਰਸ਼ਨ ਕਰ ਉਹਦਾ ਸਿਮਰ ਨਹੀਂ ਕਰ ਪਾਏ ਰਹਿ ਨਹੀਂ ਰਹਿ ਮਹਾਰਾਜ ਬਾਣੀ ਜੋ ਪਿਆਰੀ ਜੋ ਬੇਨਤੀ ਆਵੇ ਪੜ੍ਹਿਆ ਨੂੰ ਪੜ੍ਹਿਆ ਪੜ੍ਹਨ ਦੱਸ ਰਾਜੇ ਨੂੰ ਦੱਸਿਆ ਨਾ ਤੇਰਾ ਇਕਲੌਤਾ ਪੁੱਤਰ ਰਾਜ ਘਲਾਤਾ ਆਓ ਦੇਖੀਏ ਪੜਕੀਆਂ ਪੜ ਕੇ ਦਿਮਾਗੀ ਕਰੀਏ ਪਿਆਰੇ ਨਗਰ ਕੀਰਤਨ ਹੋਇਆ ਬਾਬਾ ਦਾਲਾ ਸਾਹਿਬ ਸਾਨੂੰ ਆਓ ਕਮੇਟੀਆਂ ਚਾਲੀਆਂ ਲਗਾਉਣੀਆਂ ਉਹਨਾਂ ਦੇ ਸਭ ਸੰਤ ਸਾਰੇ ਭੋਗ ਪਾਏ ਕੱਪੀ ਨੂੰ ਰੱਖਣੇ ਪਾਠ ਅਤੇ ਖਾਈ ਨੂੰ ਭੋਗ ਪਾਏ ਸਾਰੀ ਸਾਡੇ ਬਹੁਤ ਰਹੀ ਆ ਜਦੋਂ ਪਿਆਰੀ ਮਹਾਰਾਜ ਕਿਰਪਾ ਸਾਨੂੰ ਇਹ ਜਿਹੜੇ ਪ੍ਰਬੰਧ ਵੀ ਜਾਂਦੇ ਹਾਂ ਬਾਹਰ ਆ ਰਹੀ ਉਹਨਾਂ ਨੂੰ ਇਹ ਵੀ ਬਹੁਤ ਤਰੱਕੀਆਂ ਵੱਧ ਅਤੇ ਮਰਜ਼ਾਦਾ ਵੀ ਗੱਲ ਕਰ ਸਕਦੇ ਪਿਆਰੀ ਆਪਾਂ ਫਿਰ ਵੀ ਲੋਕ ਦੀਏ ਅਤੇ ਕਦੋਂ ਸਹੀ ਹੋ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੈਲੇਗਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਪੰਜਾਂ ਪਿਆਰਾਂ ਦਾ ਬੋਲ ਬੋਲ ਰਹੇ ਨੇ ਧੰਨਵਾਦ ਸਤਨਾਮ ਭਾਵੇਂ ਮੁਰਗੀਆਂ ਚਲੇ ਜੱਜ ਸਾਰਾ ਤੇ ਪੰਜਤੀ ਨਾ ਚਲੇ ਬਾਬੂ ਜੀ ਹਾਂ
ਪਿਆਰਿਓ ਸਹਿਤ ਕਰਿਆ ਕਰੋ ਜਦੋਂ ਗਲਕਾ ਪਾਪੜ ਸੀ ਉਹਨੂੰ ਦੁਨੀਆ ਇੱਕ ਨਾ ਵਾਰ ਗਈ ਸੱਜਣ ਠਾਕੇ ਸੀ ਉਹਨੂੰ ਵਾਜਦੇ ਗਈਆਂ ਤੇ ਮਹਾਰਾਜ ਨੇ ਉਹਨਾਂ ਨੂੰ ਗਲ ਦੇ ਨਾਲ ਤਾਰਨ ਦਿੱਤਾ ਕਿ ਅੱਜ ਆਪਾਂ ਉਹਨਾਂ ਦੇ ਪੈਰਾਂ 'ਤੇ ਮੱਥਾ ਦੇਖਦੇ ਹਾਂ ਕਿ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਰਜ ਹੈ ਆਪਾਂ ਨੂੰ ਨਿਮਤ ਕਰਦੇ ਪਿਆਰਿਓ ਇਹ ਨਾ ਕੋਈ ਆਖੇ ਮੈਂ ਪਾਪੀ ਪਰਾਧੀਆਂ ਨਸ਼ੇ ਕਰਨ ਸਕਦੇ ਹਾਂ ਸਕਦੇ ਜਾਓ ਅਤੇ ਗੁਰੂ ਦਾ ਆਦੇਸ਼ ਸੁਣ ਕੇ ਗੁਰੂ ਦੇ ਰੰਗ ਲੰਘੀਏ ਥੱਲੇ ਬਾਗਾ ਜਾਵਣ ਚਾਹੇ ਗੁਰੂ ਵਾਲੇ ਬਣੀ ਵਾਹਿਗੁਰੂ ਜੀ ਦਾ ਖਾਲਸਾ ਭਾਈ ਜਿਹੜੇ ਰਹਿੰਦੀਆਂ ਸਕਦਾ ਪਕੌੜੇ ਛਕੋ ਸ਼ਰਦਾਈਆਂ ਛਕੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਲੰਗਰ ਚੱਲਣ ਦੇ ਆ ਸਾਰੇ ਛਕੋ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਨਮਾਨਯੋਗ ਜਿੰਦਾਰ ਗਿਆਨੀ ਵੀਰ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ ਬੜਾ ਉਦਮ ਬੜਾ ਉਪਰਾਲਾ ਜਿਨ੍ਹਾਂ ਦੀ ਸੇਵਾ ਸਦਕਾ ਸੱਚਖੰਡ ਦਰਬਾਰ ਸਾਹਿਬ ਦੀ ਸ਼ਾਨਦਾਰ ਇਮਾਰਤ ਸੰਗਤ ਦੇ ਸਹਿਯੋਗ ਨਾਲ ਬਣ ਕੇ ਤਿਆਰ ਹੋਈ ਆ ਇੱਥੋਂ ਦੀ ਮੈਨੇਜਮੈਂਟ ਕਮੇਟੀ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਪਕੌੜੇ ਸਰਦਾਈਆਂ ਦੇ ਲੰਗਰ ਛਕਾਏ ਸੰਗਤਾਂ ਨੂੰ ਹੁਣ ਮੈਂ ਬੇਨਤੀ ਕਰਾਂਗਾ ਇੱਥੋਂ ਦੇ ਲੰਗਰ ਕਮੇਟੀ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਢੋਡੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਸਮਾਂ ਸੀਮਤ ਹੈ
ਸਾਧ ਨੂੰ ਸੁਭਾਦਾ ਸੀ ਦਿਲਤੀ ਜਿਹੜੇ ਸੀ ਉਹ ਨਾਨਕਾਰ ਦੇ ਨਾਲ ਆਪਣਾ ਨਾ ਉਹਨਾਂ ਨੂੰ ਚੌਂਕੜੀ ਮਾਰ ਕੇ ਪਾਤਸ਼ਾਹ ਨੇ ਬਿਠਾ ਲੈਣਾ ਭਗਤੀ ਜਿਹੜੀ ਹੈ ਉਹ ਸਿਖਾਉਣੀ ਰੱਬ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਗੁਰਬਾਣੀ ਦੇ ਨਾਲ ਜੋੜਨਾ ਪੰਜ ਸਾਲ ਦੀ ਅਵਸਥਾ ਦੇ ਵਿੱਚ ਖੇਡਦੇ ਖਿਡਾਉਂਦੇ ਭਗਤੂ ਨਾਨਕ ਸਿੰਘ ਮਹਾਰਾਜ ਪੰਜ ਸਾਲ ਦੀ ਅਵਸਥਾ ਦੇ ਵਿੱਚ ਹੋਏ ਨੇ ਭੈਣ ਨਾਨਕੀ ਵੱਲੋਂ ਪਿਤਾ ਬਾਬਾ ਨੂੰ ਕਿਹਾ ਗਿਆ ਕਿ ਹੁਣ ਨਾਨਕ ਪੰਜ ਸਾਲ ਦਾ ਹੋ ਗਿਆ ਹੈ ਇਸ ਨੂੰ ਕੋਈ ਵਿਦਿਆ ਸਿਖਾਉਣੀ ਚਾਹੀਦੀ ਹੈ ਇਸ ਨੂੰ ਪਾਠਸ਼ਾਲਾ ਦੇ ਵਿੱਚ ਪੜ੍ਹਦੇ ਪਾਉਣਾ ਚਾਹੀਦਾ ਕਿਉਂਕਿ ਅੱਜ ਸਕੂਲ ਕਿਹਾ ਜਾਂਦਾ ਹੈ ਉਸ ਸਮੇਂ ਦੇ ਵਿੱਚ ਪਾਠਸ਼ਾਲਾ ਹੋਇਆ ਕਰਦੇ ਸੀ ਪਾਂਡੇ ਲੋਕ ਸੰਸਕ੍ਰਿਤ ਪੜ੍ਹਾਇਆ ਕਰਦੇ ਸਨ ਮੁਸਲਮਾਨ ਲੋਕ ਅਰਬੀ ਤੇ ਫਾਰਸੀ ਪੜ੍ਹਾਇਆ ਕਰਦੇ ਸਨ ਪਾਤਸ਼ਾਹ ਮਹਾਰਾਜ ਜੀ ਨੂੰ ਗੋਪਾਲ ਪਾਂਡੇ ਪਾਸ ਕਰਨ ਵਾਸਤੇ ਜਿਹੜਾ ਹੈ ਉਹ ਤਿਆਰੀ ਹੋਈ ਹੈ ਭੈਣ ਨਾਨਕੀ ਨੇ ਪਿਤਾ ਕਾਲੂ ਦੇ ਨਾਲ ਸਲਾਹ ਕੀਤੀ ਹੈ ਇੱਕ ਫੱਟੀ ਪੱਤਾ ਗੁਰੂ ਕੇ ਪੈਰੋਂ ਲਿਆ ਕੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਕੂਲ ਜਾਣ ਦੀ ਤਿਆਰੀ ਕੀਤੀ ਹੈ ਅਗਲਾ ਦਿਨ ਹੋਇਆ ਹੈ ਪਿਤਾ ਪਟਵਾਰੀ ਸਾਹਿਬ ਨੇ ਪੰਜ ਸਾਲ ਦੀ ਅਵਸਥਾ ਦੇ ਵਿੱਚ ਘਰ ਗੁਰੂ ਨਾਨਕ ਸਾਹਿਬ ਨੇ ਉਮਰੀ ਦੇ ਨਾਲ ਲਾਇਆ ਲੈ ਕਰਕੇ ਗੋਪਾਲ ਪਾਂਡੇ ਦੀ ਪਾਤਸ਼ਾਹ ਦੇ ਵਿੱਚ ਕਿਵੇਂ ਪੜ੍ਹਨ ਵਾਸਤੇ ਮਹਾਰਾਜ ਜੀ ਨੂੰ ਛੱਡੇ ਜਾਂਦੇ ਨੇ ਪਟਵਾਰੀ ਸਾਹਿਬ ਅਵਸਥਾ ਹੈ ਪੰਜ ਸਾਲ ਦੀ ਅਵਸਥਾ ਦੇ ਵਿੱਚ ਕਿਵੇਂ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੜ੍ਹਾਈ ਕਰਨ ਵਾਸਤੇ ਚੱਲੇ ਨੇ ਸੁਣੀਏ ਜੀ ਕਵਿਤਾ ਦੇ ਵਿੱਚ ਕੀ ਲਿਖਿਆ ਹੈ ਇਹੋ ਬਿਆਨ ਕੀਤਾ ਜਾ ਰਿਹਾ ਅੰਗ ਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਕੈਦ ਕਪਾਈ ਮਾਰਾ ਮੋ ਪਰਮ ਪੈ ਤੁਲੇ ਸੁਖਦਾਰਾ ਜੁਟਿਆ ਹੈ ਬਾਲ ਨਿਆਣਾ ਖੇਡ ਨਾਲ ਜੁਟਿਆ
Thank you.
Thank you.
Come on.
Thank you.
ਸਾਡੇ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ।